ਡਾਕੂਮੈਂਟ ਸੰਗਤ ਦੇ ਹੋਰ ਲੈਣੇ ਹਨ ਜਿਹੜੇ ਸਾਡੇ ਵੀਰ ਟੋਰਾਂਟੋ ਤੋਂ ਚੇਚੇ ਤੌਰ ਤੇ ਸਾਡੇ ਪਾਸ ਆਏ ਹਨ ਉਹਨਾਂ ਦਾ ਗੁਰੂ ਘਰ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਜੀ। ਦੋ ਮਿੰਟ ਦੇ ਲਈ ਪਹਿਲਾਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਹਾਂਸਰਾ ਇਹਨਾਂ ਨੂੰ ਗੁਰੂ ਘਰ ਦੇ ਪ੍ਰਧਾਨ ਭਾਈ ਹਰੀਕ ਸਿੰਘ ਜੀ, ਭਾਈ ਸੁਰਜੀਤ ਸਿੰਘ ਕੁਲਾਲ, ਭਾਈ ਰਾਜਵਿੰਦਰ ਸਿੰਘ ਪਦੇਸ਼ਾ, ਭਾਈ ਅਵਤਾਰ ਸਿੰਘ ਹੇਅਰ ਅਤੇ ਭਾਈ ਜੋਗਾ ਸਿੰਘ ਇਹਨਾਂ ਨੂੰ ਸਨਮਾਨਿਤ ਕਰਨਗੇ। ਅਤੇ ਸਾਰੇ ਵੀਰ ਕਿਰਪਾ ਕਰਕੇ ਜਲਦੀ ਜਲਦੀ ਸਾਰੇ ਆ ਜਾਓ ਕਿਉਂਕਿ ਟਾਈਮ ਕਾਫੀ ਹੋ ਗਿਆ ਹੈ ਜਿਹਨਾਂ ਵੀਰਾਂ ਦੇ ਨਾਲ ਆਏ ਹਨ। ਭਾਈ ਸੁਰਜੀਤ ਸਿੰਘ ਕੁਲਾਰ, ਭਾਈ ਰਾਜਵਿੰਦਰ ਸਿੰਘ ਪਦੇਸ਼ਾ, ਭਾਈ ਅਵਤਾਰ ਸਿੰਘ ਜੀ, ਭਾਈ ਜੋਗਾ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ ਹਾਂਸਰਾ ਇਹ ਅਣਖੀਲਾ ਪੰਜਾਬ ਰੇਡੀਓ ਸਟੇਸ਼ਨ ਤੋਂ ਅਤੇ ਬਹੁਤ ਹੀ ਪੰਥਕ ਬੁਲਾਰੇ ਹਨ ਜਿਹਨਾਂ ਦਾ ਸਨਮਾਨ ਹੋਣਾ ਹੈ। ਅਤੇ ਕਿਰਪਾ ਕਰਕੇ ਇੱਧਰ ਹੀ ਆ ਜਾਓ ਸਾਰੇ ਵੀਰ। ਅਤੇ ਗੁਰੂ ਘਰ ਵੱਲੋਂ ਸਿਰੇ ਪਾਵੇ ਇਹਨਾਂ ਨੂੰ ਦੇਣਗੇ ਭਾਈ ਅਮਰੀਕ ਸਿੰਘ ਸਕੰਦ। ਸੰਗਤਾਂ ਜਿਹੜੀਆਂ ਲੰਗਰ ਹਾਲ ਦੇ ਵਿੱਚ ਹਨ, ਕਿਰਪਾ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਆਪ ਜੀ ਭੋਗ ਪੈਣ ਵਾਲੇ ਹਨ। ਇਸ ਤੋਂ ਬਾਅਦ ਕੀਰਤਨ ਇੱਕ ਸ਼ਬਦ ਅਤੇ ਸਮਾਪਤੀ ਹੋਏਗੀ। ਆਪ ਜੀ ਕਿਰਪਾ ਕਰਕੇ ਉੱਪਰ ਆ ਜਾਓ। ਬੋਲੇ ਸੋ ਨਿਹਾਲ, ਇਹਨਾਂ ਤੋਂ ਬਾਅਦ ਅਗਲੇ ਸਾਡੇ ਪਾਸ ਵੀਰ ਜਿਹੜੇ ਟੋਰਾਂਟੋ ਤੋਂ ਭਾਈ ਸੁਖਦੇਵ ਸਿੰਘ ਗਿੱਲ ਰੇਡੀਓ ਹੋਸਟ ਜਿਹਨਾਂ ਨੇ ਆਪਣੇ ਵਿਚਾਰ ਰੱਖੇ ਸਨ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਭਾਈ ਬੂਟਾ ਸਿੰਘ ਕੜੌਲ, ਭਾਈ ਰਣਜੀਤ ਸਿੰਘ ਧਾਲੀਵਾਲ, ਭਾਈ ਅਵਤਾਰ ਸਿੰਘ ਮਲਿਹਾਸ, ਭਾਈ ਭਗਵੰਤ ਸਿੰਘ ਬਰਲਿੰਟਨ ਖਾਲਸਾ ਦਰਬਾਰ ਤੋਂ ਇਹ ਸਾਰੇ ਵੀਰ ਕਿਰਪਾ ਕਰਕੇ ਜਲਦੀ ਆ ਜਾਣ। ਭਾਈ ਰਣਜੀਤ ਸਿੰਘ ਧਾਲੀਵਾਲ, ਭਾਈ ਅਵਤਾਰ ਸਿੰਘ ਮਲਿਹਾਸ, ਭਾਈ ਭਗਵੰਤ ਸਿੰਘ ਜੀ, ਸਾਡੇ ਪਾਸ ਅਗਲੇ ਜੋ ਵੀਰ ਜਿਹਨਾਂ ਨੂੰ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਨ, ਓਂਟਾਰੀਓ ਖਾਲਸਾ ਦਰਬਾਰ ਦੇ ਚੇਅਰਪਰਸਨ ਡਿਕਸੀ ਗੁਰੂ ਘਰ ਟੋਰਾਂਟੋ ਤੋਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਪੂਨੀਆ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਜਾਣ। ਉਹਨਾਂ ਨੂੰ ਸਨਮਾਨ ਦੇਣ ਦੇ ਲਈ ਭਾਈ ਸੁਖਦੇਵ ਸਿੰਘ ਜੀ ਵਾਈਨਲੈਂਡ ਤੋਂ, ਭਾਈ ਇੰਦਰਜੀਤ ਸਿੰਘ ਜੀ ਵਾਈਨਲੈਂਡ ਤੋਂ, ਭਾਈ ਬਲਦੇਵ ਸਿੰਘ ਰਕਵਾ, ਭਾਈ ਮਨਜੀਤ ਸਿੰਘ ਜੀ ਬਰਲਿੰਟਨ ਤੋਂ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਹਰਦਿਆਲ ਸਿੰਘ ਜੀ ਜੋ ਕਾਰਟਰੇਟ ਗੁਰੂਘਰ ਤੋਂ, ਭਾਈ ਸਤਨਾਮ ਸਿੰਘ ਜੀ ਰਿਟੈਂਡਰ, ਇਹ ਸਾਰੇ ਇਹਨਾਂ ਨੂੰ ਸਨਮਾਨ ਦੇਣ ਦੇ ਲਈ ਕਿਰਪਾ ਕਰਕੇ ਆ ਜਾਵੋ ਜੀ। ਅਤੇ ਬੋਲੇ ਸੋ ਨਿਹਾਲ, ਭਾਈ ਸਾਹਿਬ ਨੂੰ ਬੇਨਤੀ ਹੈ ਕਿ ਇਸ ਤੋਂ ਬਾਅਦ ਇੱਕ ਸ਼ਬਦ ਦੀ ਹਾਜ਼ਰੀ ਲਵਾ ਕੇ ਅਤੇ ਉਸ ਤੋਂ ਬਾਅਦ ਸਮਾਪਤੀ ਇੱਕ ਮਿੰਟ ਵੇਟ ਕਰ ਲਓ ਜੀ।